ਇਹ ਅਸੀਂ ਇੱਥੇ ਇੱਕ ਮੁਕੱਦਮਾ ਦਰਜ ਕੀਤਾ ਸੀ ਜੀ, 2 ਲੱਖ ਰੁਪਈਆ ਫਿਰ ਸਮਗਲਰਾਂ ਤੋਂ ਲੈਂਦੇ ਸੀ ਵੀ ਮੇਰਾ ਨਾਂ ਕਢਾ ਦਿਉ। ਉਹਦੇ 'ਤੇ ਅਸੀਂ ਰਿਕਵਰੀ 2 ਲੱਖ ਰੁਪਈਆ ਕਰਕੇ ਉਹ 'ਚ ਬਲਵੀਰ ਸਿੰਘ ਨਾਂ ਦਾ ਇੱਕ ਬੰਦਾ ਗ੍ਰਿਫਤਾਰ ਕੀਤਾ ਸੀ। ਉਹਦੇ 'ਚ ਅਸੀਂ ਉਹਦੀ ਫਿਰ ਅੱਗੇ ਜਿਹੜੀ ਇਨਵੈਸਟੀਗੇਸ਼ਨ ਚੱਲੀ ਉਹਦੇ 'ਚ ਅਸੀਂ ਪਿੰਦਰ ਸੋਧੀ ਨਾਂ ਦਾ ਬੰਦਾ ਹੈ ਜੀ, ਇੱਕ ਕ੍ਰਿਸਚਨ ਹੈ ਮਹਿਲਪੁਰ ਦਾ ਰਹਿਣ ਵਾਲਾ, ਇਹਨੂੰ ਅਸੀਂ 20 ਤਰੀਕ ਨੂੰ 20/8 ਨੂੰ ਲੁਧਿਆਣੇ ਤੋਂ ਅਰੈਸਟ ਕੀਤਾ। ਇਹ ਜਿਹੜਾ ਬੰਦਾ ਹੈਗਾ ਜੀ, ਪਹਿਲਾਂ ਜਿਹੜਾ ਅਸੀਂ 2 ਲੱਖ ਦਾ ਪਰਚਾ ਦਿੱਤਾ ਸੀਗਾ ਉਹਦੇ 'ਚ ਵੀ ਉਹਨੇ ਮਤਲਬ ਪੁੱਛਗਿੱਛ 'ਤੇ ਦੱਸਿਆ ਸੀਗਾ ਵੀ ਇਹਦੇ 'ਚ ਇੱਕ ਬੰਦਾ ਮੇਨ ਹੈਗਾ ਜਿਹਨੇ ਮਤਲਬ ਅੱਗੇ ਪੈਸੇ ਮੇਰੇ ਵੱਜੋਂ ਇਹਦੇ 'ਚੋਂ ਲਏ ਸੀਗੇ ਅੱਗੇ। ਉਸ ਦੀ ਤਫਤੀਸ਼ 'ਤੇ ਫਿਰ ਅਸੀਂ ਇਹਨੂੰ ਗ੍ਰਿਫਤਾਰ ਕੀਤਾ। ਜਦੋਂ ਅਸੀਂ 20 ਤਰੀਕ ਨੂੰ ਇਹਨੂੰ ਫੜਿਆ ਇਹਦੀ ਕਾਰ ਦੇ ਵਿੱਚੋਂ, ਸਾਨੂੰ ਬਹੁਤ ਸਾਰੇ ਸਬ ਇੰਸਪੈਕਟਰ ਪੁਲਿਸ, ਪੰਜਾਬ ਪੁਲਿਸ 'ਚ ਇਨਕਮ ਟੈਕਸ ਇੰਸਪੈਕਟਰ, ਕਾਂਸਟੇਬਲ ਹੈ ਜੀ, ਕਲਰਕ, ਕਈ ਪੋਸਟਾਂ ਦੇ ਸਾਨੂੰ ਉੱਥੋਂ ਉਹਨਾਂ ਦੇ ਆਇਡੈਂਟੀ ਕਾਰਡ, ਉਹਨਾਂ ਦੇ ਨਿਯੁਕਤੀ ਪੱਤਰ, ਆਇਡੈਂਟੀ ਕਾਰਡ ਇੱਦਾਂ ਦਾ ਸਾਨੂੰ ਮਟੀਰੀਅਲ ਮਿਲਿਆ ਜਿਨ੍ਹਾਂ ਦੇ ਉਹਨਾਂ ਦੇ ਫੋਨ ਨੰਬਰ ਲਿਖੇ ਸੀ ਬੰਦਿਆਂ ਦੇ। ਅਸੀਂ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰਕੇ ਫਿਰ ਬੰਦਿਆਂ ਨਾਲ ਕੰਟੈਕਟ ਕੀਤਾ। ਉਹ ਜਿਹੜੇ ਬੰਦੇ ਨੇ ਪੰਜਾਬ 'ਚੋਂ ਵੱਖ ਵੱਖ ਜ਼ਿਲ੍ਹਿਆਂ ਦੇ ਆ, ਸਾਰੇ ਲੁਧਿਆਣੇ ਦੇ ਨੇ ਕਾਫੀ, ਲੁਧਿਆਣਾ, ਮਾਨਸਾ, ਇੱਧਰ ਚੰਡੀਗੜ੍ਹ, ਸੋਰੀ ਆਪਣੇ ਫਿਰੋਜ਼ਪੁਰ, ਫਾਜ਼ਿਲਕਾ, ਮੋਹਾਲੀ, ਵੱਖਰੇ ਵੱਖਰੇ ਜ਼ਿਲ੍ਹਿਆਂ ਦੇ ਨੇ। ਅਤੇ ਮੇਰਾ ਖਿਆਲ ਹੈ ਵੀ ਕੋਈ 3-3.5 ਕਰੋੜ ਰੁਪਈਆ ਉਹਨਾਂ ਤੋਂ ਇਹ ਸਾਰਿਆਂ ਤੋਂ ਲੈ ਗਿਆ। 25-25, 30-30 ਲੱਖ ਰੁਪਈਆ ਇਹਨੇ ਲਿਆ ਇੰਸਪੈਕਟਰ ਭਰਤੀ ਕਰਾਉਣ ਵਾਸਤੇ, ਫੇਕ ਸਾਰੇ ਬਣਾਏ ਡਾਕੂਮੈਂਟ, ਸਾਰਾ ਟੋਟਲੀ ਸਾਰਾ ਕੰਮ ਫੇਕ ਹੈਗਾ। ਇਹਦੇ ਤਰੀਕਾ ਵਾਰਦਾਤ ਇਹ ਹੈ ਵੀ ਇਹ ਦਫ਼ਤਰਾਂ ਚੱਲ ਜਾਂਦਾ, ਜਿੱਦਾਂ ਚੰਡੀਗੜ੍ਹ ਇਨਕਮ ਟੈਕਸ ਆਫਿਸ ਹੈ, ਜਦੋਂ ਉੱਥੇ ਕੋਈ ਅਪੁਆਇੰਟਮੈਂਟ ਵਾਸਤੇ ਕੋਈ ਪੋਸਟਾਂ ਨਿਕਲਦੀਆਂ ਉੱਥੇ ਜਾ ਕੇ ਉੱਥੇ ਇਹਨੇ ਆਪਦੇ ਫਿਰ ਉਹਨਾਂ ਨੂੰ ਬੰਦਿਆਂ ਨੂੰ ਸੈੱਟ ਕਰ ਲੈਂਦਾ ਵੀ ਤੁਸੀਂ ਮੇਰੇ ਕੋਲ ਆਓ, 5-star ਹੋਟਲਾਂ 'ਚ ਠਹਿਰ ਕੇ ਉਹਨਾਂ ਨੂੰ ਫਿਰ ਕਰਕੇ ਇਹਨੇ ਪੈਸੇ ਆ ਜਿਹੜੇ ਇਹਨੇ ਇਨਵੈਸਟਮੈਂਟ ਕੀਤੀ ਆ, ਕੋਈ ਇਹਨੇ ਪੈਸੇ 2 ਕੋਠੀਆਂ ਪਾਈਆਂ, ਇੱਕ ਤਾਂ ਬਿਲਕੁਲ ਨਵੀਂ ਪਾਈ ਆ, 1 ਕਰੋੜ ਰੁਪਈਆ ਲਾਇਆ ਉਹਦੇ 'ਤੇ, ਅਤੇ ਇੱਕ ਪੁਰਾਣੀ ਕੋਠੀ ਲਈ ਆ, ਕੋਈ 40 ਲੱਖ ਰੁਪਈਆ ਇਹਨੇ ਕਿਸੇ ਨੂੰ ਵੈਜੂ ਦਿੱਤਾ ਵੀ ਆ। ਇੱਦਾਂ ਸਾਡੀ ਇੰਟੈਰੋਗੇਸ਼ਨ 'ਤੇ ਇਹ ਕੋਈ 1.5-2 ਕਰੋੜ ਰੁਪਈਆ ਸਾਡੇ ਕੋਲ ਮੰਨ ਗਿਆ ਹੈਗਾ। ਅਤੇ ਬੰਦੇ ਆ ਜਿਹੜੇ ਉਹ ਸਾਡੇ ਕੋਲ ਆ ਰਹੇ ਆ, ਅੱਜ ਵੀ ਸਾਡੇ ਕੋਲ 40 ਲੱਖ ਰੁਪਈਏ ਦੇ ਅੱਜ ਵੀ ਬੰਦੇ ਆਏ ਆ। ਅਤੇ ਮੈਂ ਮਤਲਬ ਇਸੇ ਕਰਕੇ ਅੱਜ ਪ੍ਰੈਸ 'ਚ ਦੱਸ ਰਿਹਾ ਕਿ ਮਤਲਬ ਪ੍ਰੈਸ 'ਚ ਹੋਰ ਵੀ ਜਿਨ੍ਹਾਂ ਨਾਲ ਇਹਨੇ ਪੰਜਾਬ 'ਚ ਠੱਗੀ ਮਾਰੀ ਆ, ਇਹਨੂੰ ਦੇਖ ਕੇ ਫਿਰ ਹੋਰ ਵੀ ਸਾਡੇ ਕੋਲ ਵੱਧ ਤੋਂ ਵੱਧ ਬੰਦੇ ਆ। ਪੁਲਿਸ ਨੇ ਹੀ ਕ੍ਰਾਈਮ ਸਰ ਜਤਨ ਦੇਵ ਨੇ ਕਰਾਇਆ ਜੀ। ਹਾਂਜੀ, ਜਤਨ ਦੇਵ ਨਾਂ ਦਾ ਜੱਸੀ, ਜਤਨ ਦੇਵ ਜੱਸੀ ਜੀ, ਉਹਨੇ ਕਰਾਇਆ ਸਰ ਸਾਰਾ ਕੁਝ। ਉਹ ਕਹਿੰਦਾ ਮੇਰੀ ਪਹੁੰਚ ਉੱਪਰ ਤੱਕ ਹੈ ਜੀ। ਉੱਪਰ ਤੱਕ ਕਿੱਥੇ ਤੱਕ ਦੱਸਦਾ ਸੀ ਸਰ? ਡਾਇਰੈਕਟਰ ਦਫ਼ਤਰ, ਹਰ ਦਫ਼ਤਰ ਡਾਇਰੈਕਟਰ ਲੈ ਕੇ ਵੜ ਜਾਂਦਾ ਸੀਗਾ ਜੀ। ਇਹ ਕੌਣ ਹੈ ਜਤਨ ਸਿੰਘ? ਕਹਿੰਦਾ ਆਪਣੇ ਆਪ ਨੂੰ ਕਹਿੰਦਾ ਮੈਂ ਸੁਖਵੀਰ ਨਾਲ ਪੜ੍ਹਿਆ ਜੀ। ਹੁਣ ਤਾਂ ਕਾਂਗਰਸ ਸਰਕਾਰ ਹੈ। ਹਾਂਜੀ, ਹੁਣ ਤਾਂ ਕਾਂਗਰਸ ਦੀ ਸਰਕਾਰ ਹੈ। ਪਤਾ ਨਹੀਂ ਸਰ ਕਿੱਥੇ ਹੁਣ ਰਹਿੰਦਾ ਜੀ। ਹਰ ਪਾਸੇ ਕਹਿੰਦਾ ਮੈਂ ਕੰਮ ਕਰਾ ਦਿੰਦਾ ਜੀ। ਕਿੰਨੇ ਕੁ ਕੰਮ ਕਰਾਏ ਤੁਸੀਂ? ਕੋਈ ਸਰ ਉਹਨੇ ਕੰਮ ਨਹੀਂ ਕਰਾਇਆ, ਮੈਨੂੰ ਵੀ ਆਈ ਕਾਰਡ ਬਣਾ ਕੇ ਜਾਲੀ ਆਈ ਕਾਰਡ ਬਣਾ ਕੇ ਸਾਨੂੰ ਦਿੱਤੇ ਜੀ। ਪੈਸੇ ਮੇਰੇ ਸਾਰੇ ਮੇਰੇ ਦੋਸਤ ਆਪਣੇ ਆ ਜੀ, ਜਿਹਨਾਂ ਕੋਲੋਂ ਮੈਂ ਪੈਸੇ ਦਵਾਏ ਆ ਜੀ। ਕਿਹੜਾ ਕਿਰਪਾਲ ਲਾ ਕੇ ਦਿੱਤਾ ਸਾਨੂੰ ਸਰ? ਆਈ ਕਾਰਡ ਸਾਰੇ ਬਣਾ ਕੇ ਦਿੱਤੇ ਜੀ ਉਹਨੇ। ਕਿਹੜੇ ਕਿਹੜੇ? ਕਿਸੇ ਇਨਕਮ ਟੈਕਸ ਦਾ ਬਣਾ ਕੇ ਤਾਂ, ਕਿਸੇ ਨੂੰ ਪੁਲਿਸ ਡਿਪਾਰਟਮੈਂਟ ਦਾ ਬਣਾ ਕੇ ਦਿੱਤਾ ਜੀ। ਪੱਤਰਕਾਰ ਵੀ ਪੱਤਰਕਾਰ ਦਾ ਵੀ ਬਣਾ ਕੇ ਦਿੱਤਾ ਸਰ। ਉਹ ਕਹਿੰਦਾ ਮੈਂ ਇੰਡੀਅਨ ਨਿਊਜ਼ ਤੋਂ ਵੀ ਹਾਂ, ਆਪਣੇ ਆਪ ਨੂੰ ਦੱਸਦਾ ਸੀ ਸਰ। ਅਤੇ ਫਿਰ ਮਤਲਬ ਕਿ ਕਿੰਨੇ ਪੈਸੇ ਤੁਸੀਂ ਮਤਲਬ ਲੋਕਾਂ ਨੂੰ ਕਿਵੇਂ ਠੱਗਦੇ ਸੀ? ਲੋਕਾਂ ਨੂੰ ਸਰ ਬੰਦੇ ਮੇਰੇ ਆਪਣੇ ਜਾਣ ਪਛਾਣ ਸੀਗੇ ਜੀ, ਕਹਿੰਦਾ ਮੈਂ ਕੰਮ ਤੁਹਾਡਾ ਕਰਾ ਦਾਂਗਾ ਬੱਚਿਆਂ ਦਾ। ਮੈਂ ਉਹਨੂੰ ਬੁਲਾ ਦਿੱਤਾ ਜੀ, ਉਹਨੇ ਕੰਮ ਨਹੀਂ ਕਰਾਇਆ, ਸਾਡੇ ਪੈਸੇ ਖਾ ਲਏ ਜੀ। ਅਤੇ ਤੁਸੀਂ ਤਾਂ ਵਿੱਚ ਨਾਲ ਹੀ ਸੀ? ਮੈਂ ਸਰ ਬੰਦੇ ਹੀ ਮੇਰੇ ਆਪਣੇ ਸੀਗੇ ਜੀ, ਮੈਂ ਆਪੇ ਨਾਲ ਸੀ। ਤੂੰ ਹੀ ਵਿੱਚ ਸੀ ਨਾ? ਮੈਂ ਮੇਰੇ ਬੰਦੇ ਹੀ ਮੇਰੇ ਸੀ ਸਰ। ਓਕੇ।